ਭਾਰਤੀ ਹਵਾਈ ਸੈਨਾ ਦਾ ਚੌਥਾ ਮਾਰਸ਼ਲ ਅਰਜੁਨ ਸਿੰਘ ਮੈਮੋਰੀਅਲ ਆਹਕੀ ਟੂਰਨਾਮੈਂਟ 2023 3B RD 에어ਫੋਰਸ ਸਟੇਸ਼ਨ ਚੰਡੀਗੜ੍ਹ ਵਿੱਚ 10 ਤੋਂ 15 April ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ ਬੰਗਲਾਦੇਸ਼ ਹਵਾਈ ਸੈਨਾ, శ్రీਲੰਕਾ ਹਵਾਈ ਸੈਨਾ, ਰਾਇਲ 에어ਫੋਰਸ, ਨੇਵੀ, ਆਰਮੀ, ਪੰਜਾਬ ਪੁਲਿਸ ਸਮੇਤ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਨੇ ਜਿਸ ਨਾਲ ਇਹ ਇੱਕ ਅੰਤਰਰਾਸ਼ਟਰੀ ਟੂਰਨਾਮੈਂਟ ਬਣ ਗਿਆ ਹੈ। ਇਹ ਮੈਚ ਲੀਗ ਕਮ, ਨਾਕਆਊਟ ਆਧਾਰ ਤੇ ਖੇਡ ਦੇ ਚਾਣ ਕੇ ਹਵਾਈ ਸੈਨਾ ਖੇਡ ਨਿਯੰਤਰਣ ਬੋਰਡ ਵੱਲੋਂ ਪਹਿਲਾ ਮਾਰਸ਼ਲ ਅਰਜੁਨ ਸਿੰਘ मेमोरियल हाकी टूरनामेंट दो हज़ार अठारह करवाया गया सी